ਨਵਾਂਸ਼ਹਿਰ ਤੋਂ ਆਪਾਂ ਯੂਟਿਊਬ ਚੈਨਲ ਜਿਹੜਾ ਕਿ ਤੁਹਾਨੂੰ ਦੁਸਹਿਰੇ ਤੋਂ ਪਹਿਲਾਂ ਕੀ ਤਿਆਰੀ ਹੁੰਦੀ, ਝਾਕੀਆਂ ਤੋਂ ਪਹਿਲਾਂ ਕੀ ਤਿਆਰੀ ਹੁੰਦੀ ਆ, ਉਹਦੇ ਬਾਰੇ ਅਸੀਂ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ। ਭਨੋਟ ਸਾਹਿਬ ਜੀ, ਕੀ ਹਾਲ ਚਾਲ ਹੈ ਜੀ? ਜੈ ਸ਼੍ਰੀ ਰਾਮ। ਪਹਿਲਾਂ ਜੀ ਜੈ ਸ਼੍ਰੀ ਰਾਮ। ਹਾਂਜੀ ਹਾਂਜੀ। 191 ਵਿਸ਼ਾਲ ਦੁਸਹਿਰਾ ਜੀ, ਅੱਜ ਪਿੰਡ ਔੜ ਦੇ ਵਿੱਚ ਬੜੀ ਧੂਮਧਾਮ ਨਾਲ ਪਹਿਲੇ ਨਰਾਤੇ ਤੋਂ ਕੈਂਸ ਸਾਹਿਬ ਮਨਾ ਰਹੇ ਹਾਂ, ਜਿਹਦੇ ਵਿੱਚ ਬਹੁਤ ਸੁੰਦਰ ਸੁੰਦਰ ਝਾਕੀਆਂ ਤੁਹਾਨੂੰ ਦੇਖਣ ਨੂੰ ਸਾਰੇ ਪਿੰਡ ਦੇ ਵਿੱਚ ਅਸੀਂ ਦਰਸ਼ਨ ਲੋਕਾਂ ਨੂੰ ਕਰਾਏ। ਭਨੋਟ ਸਾਹਿਬ, ਇਹ ਜਿਹੜੀਆਂ ਝਾਕੀਆਂ ਹੈਗੀਆਂ, ਕੀ ਤਿਆਰੀ ਚੱਲ ਰਹੀ ਆ? ਕੈਂਸ ਸਾਹਿਬ, ਪਹਿਲਾਂ ਇਹ ਸਾਰੇ ਰਾਜਕੁਮਾਰ ਆ, ਅੱਜ ਸੀਤਾ ਸੋਮਬਰ ਡੇ ਆ ਜੀ। ਅੱਛਾ, ਇਹ ਸਾਰੇ ਰਾਜਕੁਮਾਰ ਆ? ਹਾਂਜੀ। ਖੜ ਜਾਓ ਜੀ, ਦੇਖਿਆ ਇਹ ਰਾਜਕੁਮਾਰ ਆ ਜੀ। ਅੱਛਾ, ਇਹਨਾਂ ਨੇ ਜਾ ਕੇ ਅੱਜ ਉੱਥੇ ਡਾਇਲੋਗ ਬੋਲਣੇ ਆ। ਹਾਂ, ਡਾਇਲੋਗ ਬੋਲ ਕੇ ਇਹਨਾਂ ਨੇ ਸਾਰਾ ਆਪਣਾ ਸਾਰਾ ਸੀਤਾ ਸੋਮਬਰ ਦੀ ਅਸੀਂ ਇਹਨਾਂ ਨੂੰ ਪੂਰੀ ਬੱਚਿਆਂ ਨੂੰ ਤਿਆਰੀ ਕਰਾਈ ਆ। ਅੱਛਾ, ਅਤੇ ਸਭ ਤੋਂ ਪਹਿਲਾਂ ਕੈਂਸ ਸਾਹਿਬ, ਤੁਹਾਡਾ ਇੱਥੇ ਆਇਆਂ ਦਾ ਅਸੀਂ ਨਵਾਂਸ਼ਹਿਰ ਯੂਟਿਊਬ ਦੁਆਬਾ ਦਾ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ, ਜਿਹੜੇ ਤਕਰੀਬਨ ਤੁਸੀਂ ਹਰ ਸਾਲ ਸਾਡੇ ਪ੍ਰੋਗਰਾਮ ਦੀ ਕਵਰੇਜ। ਨਹੀਂ ਜੀ, ਅਸੀਂ ਧੰਨਵਾਦ ਸਾਹਿਬ ਦਿਆਂ ਕਿ ਸਾਨੂੰ ਸੇਵਾ ਦਾ ਮੌਕਾ ਮਿਲਦਾ। ਨਹੀਂ ਨਹੀਂ, ਕਹਿ ਸਾਹਿਬ ਤੁਸੀਂ ਆਪਣਾ ਬਹੁਤ ਬਿਜੀ ਸ਼ਡਿਊਲ ਸਾਨੂੰ ਦਿੰਦੇ ਆ, ਅਤੇ ਭਗਵਾਨ ਰਾਮ ਜੀ ਦੀ ਕਿਰਪਾ ਸਾਡੇ ਪਰਿਵਾਰ 'ਤੇ ਹਮੇਸ਼ਾ ਰਹੇ, ਅਸੀਂ ਤਾਂ ਇਹੀ ਬਲੈਸ ਕਰਦੇ। ਚਲੋ ਅੱਗੇ ਚੱਲਦੇ ਹਾਂ। ਹਾਂਜੀ, ਅੱਗੇ ਆ ਰਾਜੇ ਨੇ ਸਾਰੇ ਇਹ ਸਾਰੇ ਰਾਜੇ ਆ ਜੀ। ਅੱਛਾ, ਇਹ ਅਲੱਗ ਅਲੱਗ ਦੇਸ਼ਾਂ ਤੋਂ ਰਾਜਕੁਮਾਰ ਆਏ ਆ, ਇਹਨਾਂ ਨੇ ਅੱਜ ਉੱਥੇ ਰੋਲ ਕਰਨਾ ਆ ਸੀਤਾ ਸੋਮਬਰ ਵੇਲੇ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਤੁਹਾਨੂੰ ਅਗਲਾ ਅਸੀਂ ਦਿਖਾਲਦੇ ਹਾਂ ਜੀ। ਵਾਕਿਆ ਜੀ, ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਰਾਜੇ ਨੇ, ਇਹ ਵੱਖ ਵੱਖ ਦੇਸ਼ਾਂ ਤੋਂ ਆ ਗਏ। ਵੱਖ ਵੱਖ ਦੇਸ਼ਾਂ ਤੋਂ ਆਏ ਆ ਜੀ, ਅੱਜ ਅਲੱਗ ਅਲੱਗ ਤੁਹਾਨੂੰ, ਕਿਉਂਕਿ ਰਾਜਾ ਜਨਕ ਨੇ ਇੱਕ ਸੁੰਬਰ ਰਚਾਇਆ ਸੀ। ਅੱਛਾ, ਮਾਤਾ ਸੀਤਾ ਜੀ ਦੇ ਸ਼ਰਤ ਰੱਖੀ ਸੀ ਕਿ ਜਿਹੜਾ ਸ਼ੰਭੂ ਚਾਪ ਦਾ ਚਿੱਲਾ ਚੜਾਏਗਾ ਉਹੀ ਸੀਤਾ ਪਤੀ ਕਹੇ, ਤੇ ਉਸ ਮੌਕੇ ਤੇ ਫਿਰ ਸਾਰੇ ਰਾਜੇ ਮਿਲਾਏ, ਸਾਰੇ ਰਾਜੇ ਅਲੱਗ ਅਲੱਗ ਦੇਸ਼ ਅਲੱਗ ਅਲੱਗ ਦੇਸ਼ ਔਰ ਇਹ ਤੁਸੀਂ ਦੇਖ ਸਕਦੇ ਆ, ਔਰ ਜਿਹੜੀ ਪਬਲਿਕ ਵੀ ਉਸ ਵੇਲੇ ਆਉਂਦੀ ਹੁੰਦੀ ਸੀ। ਕਹਿਣ ਸਾਹਿਬ, ਸਾਡੇ ਕੋਲ ਇੱਕ ਸਪੈਸ਼ਲ ਆਏ, ਸਾਡੇ ਵੀਰ ਸਾਡੇ ਹਿਮਾਚਲ ਤੋਂ ਆਏ ਆ। ਅੱਛਾ, ਇਹ ਤਾਸ਼ਾ ਗਰੁੱਪ ਆ, ਇਹ ਸ਼ਾਹਤਲਾਈ ਦੇ ਕੋਲ ਆਇਆ, ਬਹੁਤ ਵਧੀਆ ਪਰਫੋਰਮੈਂਸ ਇਹਨਾਂ ਦੀ, ਤੁਹਾਨੂੰ ਅਸੀਂ ਉਹ ਬਰਾਤ ਵੇਲੇ ਸਾਰੀ ਦਿਖਾਲਾਂ। ਅੱਛਾ, ਨਹੀਂ ਬਰਾਤ ਵੀ? ਹਾਂਜੀ, ਭਗਵਾਨ ਰਾਮ ਜੀ ਦੀ ਅੱਜ ਬਰਾਤ ਆ ਜੀ, ਪ੍ਰਾਇਮਰੀ ਸਕੂਲ ਇਹ ਸਾਰਾ। ਕਿੰਨੇ ਕਿੰਨੇ ਵਜੇ? ਤਕਰੀਬਨ 3:30 ਵਜੇ ਸਾਡਾ ਆਈਡੀਆ ਜੀ। ਕਿੰਨੇ ਵਜੇ ਤੱਕ ਚੱਲਦਾ? 8 ਵਜੇ। ਓਕੇ ਜੀ, ਆਹ ਤੁਸੀਂ ਦੇਖ ਸਕਦੇ ਆ, ਔਰ ਬਿਲਕੁਲ ਰਾਜੇ ਸਾਨੂੰ ਵੀ ਜਿਹੜੇ ਆ ਰਾਜਿਆਂ ਨੂੰ ਮਿਲਣ ਦਾ ਮੌਕਾ ਮਿਲ ਗਿਆ। ਬਿਲਕੁਲ ਤਿਆਰ ਅੱਗੇ ਅੱਗੇ ਦਿਖਾਓ ਜੀ। ਚਲੋ, ਇਹ ਤਿਆਰੀ ਕਾਹਦੀ ਹੋ ਰਹੀ ਆ ਜੀ? ਇਹ ਆਪਣੇ ਭਗਵਾਨ ਰਾਮ ਜੀ ਦਾ ਰੋਲ ਕਰ ਰਹੇ ਨੇ ਜੀ। ਠੀਕ ਹੈ, ਇਸ ਵਾਰ ਇਹ ਸਾਡੇ ਸ਼ਿਵ ਕੁਮਾਰ ਜੀ ਬਿੱਟਾ, ਜਿਹੜੇ ਕਿ ਬਾਬਾ ਧਰਮਗੜ ਭਜਨ ਮੰਡਲੀ ਦੇ ਮੈਂਬਰ ਆ, ਤੇ ਇਹ ਹਰ ਸਾਲ ਸਾਨੂੰ ਸਹਿਯੋਗ ਦਿੰਦੇ ਆ। ਉਸ ਤੋਂ ਬਾਅਦ ਅਮਿਤ ਦੁੱਗਲ ਜੀ, ਨੌਜਵਾਨ ਕੈਸ਼ੀਅਰ ਆ ਸਾਡੇ, ਤੇ ਹਰ ਟਾਈਮ ਪ੍ਰਭੂ ਰਾਮ ਦੇ ਚਰਨਾਂ 'ਚ ਇਹਨਾਂ ਨੇ ਆਪਣਾ ਡਿਊਟੀ ਦੇ ਰਿਹਾ ਪਹਿਲੇ ਨਰਾਤੇ ਤੋਂ। ਉਸ ਤੋਂ ਬਾਅਦ ਸਾਡੇ ਵੀਰ ਮੇਰੇ ਹਨੀ ਜੋਸ਼ੀ ਜੀ, ਹਾਂਜੀ ਹਨੀ ਜੋਸ਼ੀ ਜੀ ਆ, ਇਹ ਸਾਡੇ ਰਵੀ ਕੁਮਾਰ ਜੀ ਆ ਜਿਹੜੇ ਤਿਆਰ ਕਰਦੇ ਆ, ਇਹ ਤੇ ਬਹੁਤ ਮਿਹਨਤ ਦਾ ਬਹੁਤ ਕੰਮ ਹੈ। ਹਾਂਜੀ, ਬਹੁਤ ਮਿਹਨਤ ਕਰ ਰਹੇ ਜੀ ਲਗਾਤਾਰ। ਠੀਕ ਹੈ ਜੀ, ਤੇ ਕੈਂਸਰ ਉਸ ਤੋਂ ਬਾਅਦ ਸਾਡੇ ਇਹ ਜਤਨ ਰਾਣਾ ਜੀ ਇਹ ਲਕਸ਼ਮਣ ਦਾ ਅਹਿਮ ਰੋਲ ਕਰ ਰਹੇ ਜੀ, ਰਮਾਇਣ ਦੇ ਮੇਨ ਪਾਤਰ, ਜਿਹੜੇ ਮਾਤਾ ਸੀਤਾ ਜੀ ਦਾ ਰੋਲ ਹਜੇ ਸਾਡੀ ਤਿਆਰੀ ਹੋ ਰਹੀ ਹੈ। ਲਕਸ਼ਮਣ ਦਾ ਰੋਲ, ਲਕਸ਼ਮਣ ਦਾ ਰੋਲ ਕਰਨਗੇ ਜੀ, ਇਹ ਰਾਵਣ ਦਾ, ਇਹ ਕਾਬਿਆ ਜੀ। ਨਹੀਂ, ਇਹ ਤਾਂ ਰਾਵਣ ਦਾ ਰੋਲ ਕਰ, ਨਹੀਂ ਰਾਮ ਦਾ ਰਾਵਣ ਨਹੀਂ ਕਿਹਾ ਮੈਂ, ਰਾਮ ਦਾ ਇਹ ਆਪਣੇ ਇਹ ਕਾਬਿਆ ਜੀ, ਕਾਬਿਆ ਚੋਪੜਾ ਇਹ ਜਤਨ ਰਾਣਾ ਜੀ। ਜਤਨ ਰਾਣਾ ਜੀ, ਇਹ ਰੋਲ ਨਿਭਾਉਣ ਦੇ ਸਮੇਂ ਦੇ ਵਿੱਚ ਤੁਹਾਡੀ ਕੀ ਭਾਵਨਾ ਹੁੰਦੀ ਆ ਅੰਦਰੋਂ ਜਦੋਂ ਰੋਲ ਨਿਭਾਉਂਦੇ ਆ, ਤੇ ਤੁਸੀਂ ਕੀ ਮਹਿਸੂਸ ਕਰਦੇ ਆ ਉਸ ਵਕਤ? ਫਿਰ ਦੀ ਭਾਵਨਾ ਮਹਿਸੂਸ, ਨਹੀਂ ਲੋਕੀ ਤਾਂ ਕਈ ਪੈਰੀ ਹੱਥ ਵੀ ਲਾਉਂਦੇ ਆ, ਬਹੁਤ ਕੁਛ ਆ, ਉਸ ਵੇਲੇ ਤੁਹਾਡਾ ਮਤਲਬ ਕੀ ਅੰਦਰੋਂ ਮਹਿਸੂਸ ਕਰਦੇ? ਉਸ ਵੇਲੇ ਕਾਫੀ ਵਧੀਆ ਲੱਗਦਾ ਆ,
ਹਰ ਸਾਲ ਮੇਨ ਹੀ ਬੰਦੇ ਆ ਸਾਡੇ ਮੇਨ ਰਾਜਕੁਮਾਰ ਸਾਹਿਲ ਕੁਮਾਰ ਹਾਂਜੀ ਇਹਨਾਂ ਨੇ ਉੱਥੇ ਰਾਜਕੁਮਾਰ ਦਾ ਰੋਲ ਕਰਨਾ ਆ ਰਾਜਕੁਮਾਰ ਉਹ ਜਿਹੜੇ ਰਾਜੇ ਵੀ ਆਏ ਰਾਜੇ ਆ ਜੀ ਇਹ ਸਾਰੇ ਰਾਜੇ ਆ ਅੱਗੇ ਕੀ ਦਿਖਾਓ ਆਓ ਤੁਹਾਨੂੰ ਦਿਖਾਓ ਔਰ ਅਸੀਂ ਇਹ ਜਿਹੜੇ ਹੈਗਾ ਚਾਕੀਆਂ ਇਹ ਸਾਡੇ ਰੇੜੀ ਤਿਆਰੀ ਕਰਦੇ ਆ ਤਿਆਰੀਆਂ ਹੋ ਰਹੀਆਂ ਇਹ ਸਾਡਾ ਸੋਨੂ ਆ ਜੀ ਬਹੁਤ ਭਗਵਾਨ ਰਾਮ ਪਿਆਰ ਦਾ ਨਾਮ ਸੋਨੂ ਆ ਸੋਨੂ ਆ ਜੀ 15 20 ਸਾਲ ਤੋਂ ਇਹ ਭਗਵਾਨ ਰਾਮ ਦੇ ਨਾਲ ਜੁੜਿਆ ਆ ਹਰ ਸਾਲ ਬਹੁਤ ਸੇਵਾ ਕਰਦੇ ਠੀਕ ਅੱਗੇ ਚਲੋ ਬਾਕੀ ਜੀ ਇਹ ਦੇਖੋ ਤਿਆਰੀ ਚੱਲ ਰਹੀ ਆ ਸਾਰੀ ਆਵੜੀ ਕਰਨ ਇਹ ਦੇਖੋ ਬਿਲਕੁਲ ਜੀ ਕਹਿੰਦੇ ਸਾਹਿਬ ਆਪਣੇ ਮੁੰਡਾ ਕਾਕਾ ਇਹ ਸਾਡੇ ਸਾਰੇ ਭਗਵਾਨ ਰਾਮ ਦੇ ਸੇਵਕ ਆ ਅੱਛਾ ਗਣੇਸ਼ ਆ ਜੀ ਹਾਂ ਤੇ ਸ਼ਿਵਮ ਭਨੋਟ ਤੇ ਸ਼ਿਵਮ ਭਨੋਟ ਹਾਂਜੀ ਸ਼ਿਵਮ ਭਨੋਟ ਜੀ ਆ ਆਕਾਸ਼ ਕੁਮਾਰ ਹਾਂ ਇੱਧਰ ਨਿਖਲ ਚਾਵਲਾ ਇਹ ਸਾਰੇ ਭਗਵਾਨ ਰਾਮ ਦੀ ਸੈਨਾ ਹੈ ਬਿਲਕੁਲ ਕਾਫੀ ਮਿਹਨਤ ਕਰ ਰਹੇ ਆ ਬਹੁਤ ਦਿਨ ਰਾਤ ਪ੍ਰਭੂ ਰਾਮ ਦੇ ਨਾਲ ਜੁੜੇ ਆ ਜੀ ਕਹਿੰਦੇ ਸਾਹਿਬ ਇਹ ਸੇਵਾ ਕਰਦੇ ਆ ਹਾਂਜੀ ਅੱਗੇ ਦਿਖਾਓ ਤੇ ਆਹ ਜਿਹੜੇ ਬ੍ਰੈਡ ਪਕੌੜਾ ਬਣ ਰਹੇ ਇਹ ਕਾਹਦੇ ਲਈ ਬਣ ਰਹੇ ਆ ਭਗਵਾਨ ਰਾਮ ਦੀ ਬਰਾਤ ਵਾਸਤੇ ਜੀ ਉੱਥੇ ਜਾ ਕੇ ਪ੍ਰਾਇਮਰੀ ਸਕੂਲ ਹਾਂ ਉੱਥੇ ਚਾਹ ਪਕੌੜੇ ਦਾ ਲੰਗਰ ਆ ਜੀ ਬ੍ਰੈਡ ਪਕੌੜਾ ਤੇ ਚਾਹ ਪਕੌੜਾ ਲੰਗਰ ਇਹ ਆਪਣੇ ਮੁੰਡਾ ਸੋਨੂ ਆ ਜੀ ਅੱਛਾ ਸੋਨੂ ਆ ਮੂਲ ਰਾਜ ਦਾ ਲੜਕਾ ਹੈ ਜੀ ਹਾਂ ਤੇ ਬਹੁਤ ਸੇਵਾ ਕਰਦਾ ਹੈ ਬਾਬਾ ਧਰਮਜਰ ਨਾਲ ਜੁੜਿਆ ਜੀ ਇਹ ਤਾਂ ਬਹੁਤ ਵਧੀਆ ਅੱਗੇ ਦਿਖਾਓ ਬਿੱਲਾ ਜੀ ਆਪਣੇ ਐਂਬੂਲੈਂਸ ਵੀ ਚਲਾਉਂਦੇ ਆ ਤੇ ਬਾਬਾ ਧਰਮਗਰ ਦੇ ਨਹੀਂ ਐਂਬੂਲੈਂਸ ਜਿਹੜੀ ਆ 108 ਆ ਹਾਂਜੀ 108 ਆ ਜੀ ਤੇ ਇੱਥੇ ਭਗਵਾਨ ਰਾਮ ਦੀ ਵੀ ਸੇਵਾ ਕਰਦੇ ਆ ਤੇ ਬਾਬਾ ਧਰਮਗਰ ਦੀ ਵੀ ਯਾਨੀ 2-in-1 ਦੋਨੋਂ ਪਾਸੇ ਕੰਮ ਅਸੀਂ ਇਹਨਾਂ ਨੂੰ ਹਰ ਜਗ੍ਹਾ ਅਸੀਂ ਭਗਵਾਨ ਰਾਮ ਲਈ ਹਰ ਜਗ੍ਹਾ ਇਹਨਾਂ ਨੂੰ ਵਰਤਦੇ ਆ ਸਾਡੇ ਬਹੁਤ ਵਧੀਆ ਵੀਰ ਆ ਮੇਰੇ ਕਿ ਦੇਖੋ ਬੱਚੇ ਆ ਫਿਰ ਵੀ ਅਸੀਂ ਦੇਖਦੇ ਹਾਂ ਇੱਥੇ ਇਹਨਾਂ ਨੂੰ ਕੀ ਡਾਇਲੋਗ ਕਿੰਨੇ ਕੁ ਯਾਦ ਨੇ ਡਾਇਲੋਗ ਤਾਂ ਨਹੀਂ ਕਹਾਂਗੇ ਜੋ ਵੀ ਇਹਨਾਂ ਨੇ ਗੱਲ ਕਰਨੀ ਆ ਇਹਨਾਂ ਨੂੰ ਕਿੰਨੀ ਕੁ ਯਾਦ ਹੈਗੀ ਆ ਕਿਉਂ ਭਨੋਟ ਸਾਹਿਬ ਹਾਂਜੀ ਕਹਿ ਸਾਹਿਬ ਇਹਨਾਂ ਨੇ ਨਾ ਜਦੋਂ ਰਾਜਾ ਜਨਕ ਜੀ ਨੇ ਉੱਥੇ ਸੰਬਰ ਰਚਿਆ ਤੇ ਉਹਨਾਂ ਨੇ ਅਲੱਗ ਅਲੱਗ ਦੇਸ਼ਾਂ ਤੋਂ ਆਏ ਰਾਜੇ ਰਾਜਿਆਂ ਨਾਲ ਗੱਲ ਉਹਨੇ ਬਹੁਤ ਕੋਸ਼ਿਸ਼ ਕੀਤੀ ਕਿ ਅਸੀਂ ਇਹਨੂੰ ਸ਼ੰਭੂ ਚਾਪ ਨੂੰ ਅਸੀਂ ਤਾਂ ਚਲਾ ਚੜਾਈਏ ਲੇਕਿਨ ਪ੍ਰਭੂ ਰਾਮ ਜੀ ਦੀ ਜੋ ਲੀਲਾ ਸੀ ਉਹ ਬਾਰੇ ਅਸੀਂ ਸਾਰੇ ਤਿਆਰ ਕੀਤੇ ਮੈਂ ਕਹਿੰਦਾ ਪੁੱਛੇ ਲਈਏ ਹਾਂਜੀ ਹਾਂਜੀ ਪੁੱਛ ਸਕਦੇ ਤੁਹਾਡਾ ਕੀ ਤੁਸੀਂ ਕੀ ਗੱਲ ਕਰਨੀ ਹੈਗੀ ਆ ਚਿੱਲਾ ਚੜਾ ਦੂੰਗਾ ਪਾਂਚ ਸਾਤ ਕਾ ਜੇ ਕਰਦਾ ਪਿਆ ਹੈ ਮੇਰੇ ਬਾਏ ਹੱਥ ਕਾ ਵਾਹ ਵਾਹ ਤਾੜੀਆਂ ਵਜਾਓ ਇਹ ਤੇ ਮੂੰਹ ਦੇ ਮੂੰਹ ਜਵਾਨੀ ਜਿਆਦਿਆ ਸਾਰਾ ਕੁਝ ਕੈਸਾ ਵੀ ਆਪਣੇ ਰਾਜ ਇਹ ਨਹੀਂ ਲੋਕੀ ਦਰਸ਼ਕ ਕਹਿਣਗੇ ਵੀ ਇੱਕ ਨੂੰ ਤਾਂ ਸਕਾਲ ਦਿੱਤਾ ਹੋਏਗਾ ਅਸੀਂ ਕਹਿੰਦੇ ਹੋਰ ਵੀ ਪੁੱਛੀਏ ਹਾਂਜੀ ਯਾ ਧਨੁਸ਼ ਹੋਦਾ ਪੁਰਾਣਾ ਹੈ ਇਸ ਕੋ ਤੋੜਨਾ ਕਿਆ ਬਾਤ ਹੈ ਸੀਤਾ ਨੇ ਮਿਲੀ ਖਾਣਾ ਪੀਣਾ ਛੋੜ ਦੂੰਗਾ ਤਾੜੀਆਂ ਹੋਣੀਆਂ ਚਾਹੀਦੀਆਂ ਔਰ ਦੇਖੋ ਨਵਾਂ ਸ਼ਹਿਰ ਦਵਾਬਾ ਯੂਟਿਊਬ ਚੈਨਲ ਨੇ ਇਹਨਾਂ ਨੂੰ ਪਹਿਲਾਂ ਸਿਖਾਲਿਆ ਨੀ ਵੀ ਤੁਸੀਂ ਕੀ ਗੱਲ ਕਰਨੀ ਆ ਉਹ ਕਿਉਂਕਿ ਬੱਚਿਆਂ ਦਾ ਹੁਣੇ ਤੋਂ ਦਿਮਾਗ ਇੰਨਾ ਤੇਜ਼ ਆ ਤੇ ਅੱਗੇ ਜਾ ਕੇ ਭਗਵਾਨ ਰਾਮ ਜੀ ਨਾਲ ਵਾਕਈ ਇਹਨਾਂ ਦਾ ਧਿਆਨ ਵੀ ਹੋਏਗਾ ਚਲੋ ਕਹਿ ਸਕਦਾ ਇਦਾਂ ਹੈ ਕਿ ਔਰ ਅਸੀਂ ਨਵਾਂ ਸ਼ਹਿਰ ਦਵਾਬਾ ਯੂਟਿਊਬ ਚੈਨਲ ਇਹਨਾਂ ਨੇ ਅੱਗੇ ਝਾਕੀਆਂ ਤਿਆਰੀਆਂ ਕਰਕੇ ਉੱਥੇ ਜਾਣਾ ਵੀ ਆ ਸੋ ਤੁਹਾਡਾ ਬਹੁਤ ਬਹੁਤ ਭਨੋਟ ਸਾਹਿਬ ਤੁਹਾਨੂੰ ਬਹੁਤ ਧੰਨਵਾਦ ਕਹਿ ਸਾਹਿਬ ਠੀਕ ਹੈ ਥੈਂਕ ਯੂ ਠੀਕ ਹੈ ਲੱਗਦੇ ਆ ਜਿਹੜੇ ਰੱਥ ਹੈਗੇ ਆ ਉਹ ਪੂਰੀ ਤਰ੍ਹਾਂ ਜਿਹੜੇ ਉਹ ਤਿਆਰ ਕੀਤੇ ਜਾ ਰਹੇ ਨੇ ਤਿਆਰ ਵਰ ਤਿਆਰ ਨੇ ਔਰ ਦੇ ਵਿੱਚ ਅੱਜ ਵਾਕਿਆ ਨਜ਼ਾਰਾ ਜਿਹੜਾ ਹੈ ਇਹ ਦੇਖਣ ਵਾਲਾ ਹੋਏਗਾ ਇਹ ਪ੍ਰਾਇਮਰੀ ਜਿਹੜਾ ਸਕੂਲ ਹੈਗਾ ਉੱਥੇ ਆ ਵਾਕਿਆ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਹੜੇ ਰੱਥ ਹੈਗੇ ਆ ਰੱਥ ਬਿਲਕੁਲ ਤਿਆਰ ਨੇ
ਔਰ ਜੋ ਝਾਕੀਆਂ ਵੀ ਹੋਣਗੀਆਂ ਔਰ ਉੱਥੇ ਜੋ ਵੀ ਪ੍ਰੋਗਰਾਮ ਹੋਏਗਾ ਸਾਰਿਆਂ ਨੂੰ ਉੱਥੇ ਪਹੁੰਚਣ ਦੀ ਪ੍ਰਾਇਮਰੀ ਸਕੂਲ ਔੜ ਦੇ ਵਿੱਚ ਜਿਹੜੀ ਆ ਬੇਨਤੀ ਕੀਤੀ ਜਾਂਦੀ ਹੈਗੀ ਆ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਹਰ ਰਿਪੋਰਟ ਹਰ ਗਤੀਵਿਧੀ ਜਿਹੜੀ ਆ ਉਹ ਪਹੁੰਚਦੀ ਰਹੇਗੀ। ਨਵਾਂਸ਼ਹਿਰ ਦੁਆਬਾ ਯੂਟਿਊਬ ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ ਲਾਲ ਕੈਨ ਦੀ ਵਿਸ਼ੇਸ਼ ਰਿਪੋਰਟ। ਪੰਜਾਬ ਦੀ ਪੁਰਾਣੀ ਅਤੇ ਭਰੋਸੇਮੰਦ ਢਿੱਲੋਂ ਇੰਟਰਨੈਸ਼ਨਲ ਕੋਰੀਅਰ ਸਰਵਿਸ ਰੇਲਵੇ ਰੋਡ ਨਵਾਂਸ਼ਹਿਰ ਵਿਦੇਸ਼ ਨੂੰ ਪਾਰਸਲ ਡਾਕੂਮੈਂਟਸ ਕੱਪੜੇ ਅਤੇ ਹੋਰ ਘਰੇਲੂ ਸਮਾਨ ਭੇਜਣ ਦੇ ਲਈ ਸੰਪਰਕ ਕਰੋ। ਫੋਨ ਨੰਬਰ 87-250-11-620 87-250-11-620 'ਤੇ ਫੋਨ ਕਰੋ। ਘੱਟ ਖਰਚਾ ਫਾਸਟ ਸਰਵਿਸ।